ਨੇ ਉਹ ਤਾਂ ਫਿਰ ਦੱਸਾਂਗੇ ਤੁਹਾਨੂੰ ਪੰਮੋ ਦੇ ਨਾਲ ਜਾਣੀ ਹੈ ਆਂਕੜੇ ਸੋਣੀ ਹੈ ਮੰਮੀ ਦਾ ਵਾਈ ਸੋਣੀ ਆਵਾਜ਼ ਆ ਹੁਣ ਕਰਦੇ ਗਾਣੇ ਤੂੰ ਕੀ ਰੌਲਾ ਪੈ ਗਿਆ ਹੁਣ ਤੁਹਾਡਾ ਮੈਂ ਕਿਹਾ ਤੁਹਾਡੇ ਇਕੱਲੇ ਇਕੱਲੇ ਭਤੀਜੇ ਦਾ ਵਿਆਹ ਹੈ ਤੁਹਾਨੂੰ ਨਵਾਂ ਸੂਟ ਪਾਉਣਾ ਉਹਨਾਂ ਦੇ ਲੈ ਦੋ ਮੈਨੂੰ ਪਾਉਣਾ ਨਹੀਂ ਉਹ ਕਹਿੰਦਾ ਮੈਂ ਪਾਉਣਾ ਨਹੀਂ ਮੇਰੇ ਕੋਲ ਸੂਟ ਵਾਧੂ ਨੂੰ ਘਰ ਨੂੰ ਜਾਣਾ ਨਹੀਂ ਕਿਤੇ ਵੀ ਨਹੀਂਗੀ ਇਹ ਕਾਹ ਰੰਗ ਭਰਿਆ ਪਿਆ ਹੈ पिंक कलर मम्मी रेस्ट नहीं करते जमी फिर पर हो जा ਪੂਆ ਜੀ ਨੇ ਏਸੀ ਮਾਰਕੀਟ 'ਚ ਸ਼ਾਪਿੰਗ ਅੱਜ ਆਪਣੇ ਆਪ ਕਰ ਲਈ ਸੀ ਕਿਉਂਕਿ ਅਸੀਂ ਥੋੜੇ ਬਿਜ਼ੀ ਸੀਗੇ ਮੈਨੂੰ ਦੱਸਦੀ ਹੈ ਵੀ ਅਸੀਂ ਖੁਸ਼ੀ ਲਈ ਸ਼ਾਪਿੰਗ ਕਰ ਰਹੇ ਹਾਂ ਖੁਸ਼ੂ ਕੈਨੇਡਾ ਖੁਸ਼ੂ ਮਿਸ ਯੂ ਕੋਮਲ ਵੀ ਮਿਸ ਯੂ ਹਾਂਜੀ ਸੋਨ ਕੈਪਸੂਲਸ ਆਏ ਆ ਕੀ ਜਾ ਰਿਹਾ ਕੈਨੇਡਾ ਭਾਈ ਕੀ ਅਚਾਰ ਤਿੰਨ ਕਿਲੋ ਮਿਰਚ ਅੰਬ ਨਿੰਬੂ ਤੇ ਉਧਰ ਖੁਸ਼ੀ ਨੂੰ ਵੀ ਕੋਮਲ ਨੂੰ ਹਰ ਤਰ੍ਹਾਂ ਦਾ ਤੇ ਮਸਾਲਾ ਚਾਹ ਦਾ ਫੁੱਫੜ ਨੇ ਤਿਆਰ ਕਰਿਆ ਉਹਦੇ ਲਈ ਲੌਂਗਲੇ ਚੀ ਇੰਨਾ ਸਮਾਨ ਐਕਸਪੋਰਟ ਹੋ ਰਿਹਾ ਹੋਰ ਵੀ ਕੁਝ ਐਕਸਪੋਰਟ ਹੋ ਰਿਹਾ ਹੋਰ ਵੀ ਕੁੱਕਰ ਕੋਮਲ ਲਈ ਖੁਸ਼ੀ ਦੇ ਕੱਪੜੇ ਵਗੈਰਾ ਨੇ ਇੰਨਾ ਚੱਲੂ ਲੈ ਕੇ ਕਿਵੇਂ ਜਾਊਗੀ ਇੱਕ ਪੂਰਾ ਹੀ ਕਰ ਲਿਆ ਨਾ ਐਕਸਟਰਾ ਅੱਛਾ ਬੈਗ ਹੀ ਐਕਸਟਰਾ ਕਰ ਲਿਆ ਓਕੇ ਸੋ ਗਾਇਸ ਹੁਣ ਅਸੀਂ ਖੁਸ਼ੀ ਲਈ ਫਾਰਮਲ ਡਰੈਸ ਦੇਖਣਾ ਆ ਆ ਵੀ ਸੋਹਣੀ ਹੈ ਸੂਟ ਸੋਹਣਾ ਹਾਂ ਜੰਪ ਸੂਟ ਇਹ ਵੀ ਫਾਰਮਲ ਲੱਗਦਾ ਬਲੈਕ ਚਾਹੀਦਾ ਨਾ ਬਲੈਕ ਹੀ ਚਾਹੀਦਾ ਆਪਾਂ ਨੂੰ ਇੱਕਦਮ ਆਲ ਬਲੈਕ ਸ਼ਰਟ ਸ਼ਰਟ ਤਾਂ ਪੱਕੀ ਚਾਹੀਦੀ ਸ਼ਰਟ ਬਲੈਕ ਐਂਡ ਪੈਂਟ ਹੈ ਆਪਣੇ ਕੋਲ ਬਲੈਕ ਦੋ ਪੰਜਾਂ ਇੱਕ ਡਰੈਸ ਲੈ ਸਿੱਕ ਕੋਟ ਕਹਿੰਦੀ ਹੈ ਲਾਂ ਜਾਂ ਬਲੇਜ਼ਰ ਬਲੇਜ਼ਰ ਹੋ ਡਰਾਈ ਕੰਮ ਤੇ ਨਹੀਂ ਕੋਟ ਨਾ ਨਹੀਂ ਆ ਬਹੁਤ ਸੋਹਣੀ ਸ਼ਰਟ ਹੈ ਕਿਹੜੀ ਇਹ ਜਿਹੜਾ ਕੱਪੜਾ ਉਹਦੇ ਜੌਬ ਤੇ ਨਹੀਂ ਨਾ ਚੱਲਣੀ ਕਾ ਵਾਲੀ ਲੈ ਰਹੇ ਨੇ ਇਹ ਸੋਹਣੀ ਹੈ ਕੱਪੜਾ ਵੀ ਸੋਹਣਾ ਨਹੀਂ ਇਹਨੇ ਫਾਰਮਲ ਅੱਛੀ ਲੱਗਦੀ ਨਾ ਫਾਰਮਲ ਉਹਦੀ ਪੈਂਟ ਵੀ ਇਦਾਂ ਹੀ ਹੈ ਲੂਜ਼ ਜੀ ਐਵੇਂ ਹੋਣ ਜਿਹੜੀ ਚੀਜ਼ ਤੁਸੀਂ जोर ला रखा भी मेनू स्टोर का नाम याद लग पता लग जाए याद आ जाए देख लांगे ਜੇ ਨਾ ਮਿਲੀ ਇਨ ਕੇਸ ਤਾਂ ਸੋਣੀ ਨੋ ਇਹ ਜੀ ਤੂੰ ਜੈਕਟ ਲੈ ਗਈ ਆਲਰੇਡੀ ਇਹ ਜਿਆਦਾ ਫਾਰਮਲ ਨਹੀਂ ਲੱਗ ਰਹੀ ਹੈ ਨਾ ਉਹਦੇ ਨਾਲ ਕੋਈ ਆ ਜਿਆਦਾ ਫਾਰਮਲ ਲੱਗ ਰਹੀ ਆ ਫਾਰਮਲ ਲੁੱਕ ਤੇ ਕੁਛ ਤਾਂ ਮਿਲਿਆ ਪੈਂਟ ਹੈਗੀ ਇੱਕ ਅਸੀਂ ਨੇ ਸੋਚਿਆ ਕਿ ਅਸੀਂ ਦੋਨੋਂ ਹੀ ਲੈ ਲੈਨੇ ਆ ਦੋਨੋਂ ਹੀ ਮੀਡੀਅਮ ਆ ਦੋਨੇ ਹੀ ਲੈ ਰਹੇ ਪੂਆ ਜੀ ਹੁਣ ਚਲੋ ਇਸ ਲਈ ਗ੍ਰੀਨ ਤੋਰ ਦਿਆ ਹੁਣ ਕੀ ਰਹਿ ਗਿਆ ਪੂਆ ਜੀ ਹੁਣ ਆਪਾਂ ਕੋਟ ਓਕੇ ਫਾਰਮਲ ਕੋਟ ਹਾਂ ਆ ਬਹੁਤ ਸੋਹਣੀ ਲੱਗੀ ਹਨਾ ਐ ਸੋਹਣੀ ਚੀਜ਼ ਲੱਗ ਰਹੀ कपड़े सारे कपड़े का पता है ਹੁਣ ਅਸੀਂ ਆਇਆ ਲਾਲੀ ਦੀ ਸ਼ਾਪ ਤੇ ਦੇਖ ਰਹੇ ਨੇ ਵੀ ਆ ਗਏ ਹੁਣ ਬੰਦ ਕਰਨ ਦੇ ਟਾਈਮ ਅਸੀਂ ਜਮਾ ਬੰਦ ਕਰਨ ਦੇ ਟਾਈਮ ਆਉਣਾ ਇਹਨਾਂ ਕੋਲ ਬੰਦ ਕਰ ਰਹੇ ਕਰ ਰਹੇ ਸੀ ਭਾਈ ਆਪਾਂ ਖੋਲੇ ਹੋਏ ਆ ਭਾਈ ਇਦਾਂ ਵੀ ਅਲਦੇ ਹੋਊਗਾ ਨਹੀਂ ਬੰਦ ਨਹੀਂ ਕਰ ਰਹੇ ਵਧਾਉਣੇ ਹੁੰਦੇ ਆ ਭਾਈ ਵੀ ਸੋਹਣਾ ਮਲਟੀ ਕਲਰ ਜਿਹਾ ਨਹੀਂ ਲੈਣੀਆਂ ਚ ਆ ਸਰ ਪਾਣ ਚ ਸੋ ਗਾਇਸ ਲਾਸਟ ਹੋਪ ਸੀਗੀ ਲਾਲੀ ਕੇ ਇਹਨਾਂ ਦੇ ਵੀ ਨਹੀਂ ਮਿਲੇ ਫਾਰਮਲ ਕੱਪੜੇ ਕਿਉਂ ਨਹੀਂ ਰੱਖਦੇ ਭਾਈ ਤੁਸੀਂ ਫਾਰਮਲ ਕੱਪੜੇ ਲੈ ਕੇ ਆਓ ਫਿਰ
ਪਹੁੰਚ ਗਏ ਗੋਲਗੱਪੇ ਖਾਣ ਸਤਰੰਗੀ। ਮੈਂ ਕਿਹਾ ਕਿਨੂੰ ਨੀਮ ਰਾਣਾ ਜਾਣਾ, ਕਹਿੰਦੇ ਇੱਕ ਸ਼ਰਤ ਤੇ ਪਹਿਲਾਂ ਮੈਨੂੰ ਗੋਲਗੱਪੇ ਖਵਾਓ। ਸ਼ਰਤਾਂ ਰੱਖਦੀ ਆ ਮੂਹਰੇ, ਸਾਰੇ ਗੋਲਗੱਪੇ ਖਾ ਕੇ ਨਾ ਐਂਡ ਵਾਲਾ ਦਹੀਂ ਵਾਲਾ ਸਿੱਟਦੇ ਨੇ। ਪੈਸਾ ਲਾਓ ਫਿਰ ਲੈ ਤਾਂ ਦੀਵਾਲੀ ਵਾਂਗੂ ਸਜਾ ਰੱਖੀ ਹੈ। ਇਹ ਰੋਜ਼ ਐਂ ਹੁੰਦਾ, ਬਾਲਾ ਸੇਰਾ ਆ। ਇੰਦਰ ਨੂੰ ਤਾਂ ਇਹ ਬਹੁਤ ਹੀ ਜ਼ਿਆਦਾ ਪਸੰਦ ਆ। ਫੂਡ ਉਹ ਰਿਹਾ ਇੰਨਾ ਪਸੰਦ ਹੋਵੇ ਨਾ ਹੋਵੇ। ਫੂਡ ਪਸੰਦ, ਮੈਨੂੰ ਫੀਲਿੰਗ ਪਸੰਦ ਆ ਰਹੀ ਹੈ। ਹਾਂ, ਕਾਮਨੈਸ ਜੀ ਪੀਸ। ਹਾਂ, ਮਾਹੌਲ ਹੈ। ਹੈਗਾ ਤਾਂ ਵਧੀਆ, ਸ਼ਾਂਤੀ ਆ। ਇਹ ਭੂਆ ਜੀ ਪਤਾ ਕਿਉਂ ਉਹਰੇ ਨਾ ਜਿਹੜਾ ਇਹਨਾਂ ਦਾ ਮੈਨਿਊ ਲਿਮਿਟਿਡ ਆ, ਇੰਨਾ ਉਹ ਨਹੀਂ ਹੈਗਾ ਆਪਸ਼ਨਸ, ਤਾਂ ਕਰਕੇ ਮੈਨੂੰ ਜਿੱਥੇ ਜ਼ਿਆਦਾ ਆਪਸ਼ਨ ਕੂਚੇ ਮੂਚੇ। ਜਿਵੇਂ ਅਗਲੇ ਨੇ ਹੱਥ ਘੋਲਨੇ ਨੇ ਚੁੱਪ ਕਰ, ਚਟਪਟਾਈ ਬਣਦਾ ਪੂਆ ਜੀ ਵਾਲੇ ਖਰਾਬ ਨੇ। ਮਹਾਰਾਜੇ ਆਣੀ ਮਾਂ ਫੀਲਿੰਗ ਜੀ ਘੈਂਟ ਆ ਰਹੀ ਹੈ। ਮਹਿਲ ਆ ਬਹੁਤ ਸੋਹਣਾ। ਫਿਰ ਇਸ ਦਾ ਫੂਡ ਯਮੀ ਲੱਗ ਰਿਹਾ ਨਾ, ਪੁਲਾਵ ਬੜਾ ਯਮੀ ਲੱਗ ਰਿਹਾ। ਇੰਨੀਆਂ ਵੈਜੀਟੇਬਲ, ਤੈਨੂੰ ਇੰਨੀ ਇਕੱਠੀ ਤਾਕਤ ਲੈਣੀ ਹੈ ਇਹ ਚ ਵੈਜੀਟੇਬਲ ਦਹੀਂ ਰਾਇਤੇ ਚ। ਯਮੀ ਲੱਗੂਗੀ ਦੇਖਿਓ ਖਾ ਕੇ। ਇਹਨਾਂ ਨੇ ਆਪਣਾ ਪਤੰਦਰਾ ਨੇ ਸਾਬ ਤੇ ਤਰ ਪਿਆਜ ਫੂਡ ਕਿਵੇਂ ਲੱਗਿਆ ਅੱਜ ਉਰੇ? ਵਧੀਆ ਲੱਗਿਆ, ਸਟਾਰਟਰਸ ਨਹੀਂ ਬਿਲਕੁਲ ਵੀ ਵਧੀਆ ਇਹਨਾਂ ਦੇ। ਨਾਮ ਕੀ ਸ਼ਕਲ ਰਹਿੰਦੀ ਹੋਣੀ? 365 ਰਾਣੀਆਂ ਸ਼ੀਸ਼ ਮਹਿਲ ਖਰੀਦ ਕੇ ਓਹਨੂੰ ਕੁੜੀ ਨੂੰ ਰੱਖ ਦਿੰਦੇ ਸੀ ਜਿਹੜੀ ਰਾਣੀ ਹੁੰਦੀ ਸੀ। ਨਾਮ ਵੀ ਨੀ ਯਾਦ ਰਹਿੰਦੇ ਹੁਣ, ਓਹੀ ਤਾਂ ਕਹਿ ਰਹੀ ਆ ਤੁਹਾਨੂੰ ਹੈਨਾ। ਅਜੀਬ ਪਟਿਆਲੇ ਚ ਕੂੜਾ ਇਕੱਠਾ ਕਰਦੀਆਂ ਸੀ, ਕੂੜੇ ਵਾਲੀਆਂ ਕਾਰ ਬਣਾਤੀਆਂ ਸੀਗੀਆਂ, ਬਦਲਾ ਲਿਆ ਸੀ। ਮਾਫੀ ਮੰਗ ਕੇ ਵਾਪਸ ਲੈ ਕੇ ਗਏ ਸੀ ਅੱਗੇ ਗੱਡੀਆਂ, ਮਾਫੀ ਮੰਗ ਕੇ ਗਏ ਨਾਲੇ ਰੋਲਸ ਰੋਇਸ ਵਾਲੇ, ਨਾਲੇ ਗੱਡੀਆਂ ਵਾਪਸ ਲੈ ਕੇ ਗਏ ਆਪਣੀਆਂ। ਪੂਰੀ ਇਨਫੋਰਮੇਸ਼ਨ ਰੱਖਿਆ ਕਰੋ। ਤੁਹਾਨੂੰ ਆ ਕੇ ਫੋਰਨਰਸ ਪੁੱਛਦੇ ਨਹੀਂ ਇਨਫੋ? ਤੁਹਾਨੂੰ ਫੋਰਨਰਸ ਆ ਕੇ ਪੁੱਛਦੇ ਨਹੀਂ ਹੈਗੇ? ਆ ਪੁੱਛਦੇ ਹੈ, ਮਤਲਬ ਜੋ ਪਟਿਆਲਾ ਪੈਕ ਬਣਾਏ ਕਿਸੇ ਪਟਿਆਲਾ ਪੈਕ ਬਾਰੇ ਪੁੱਛਦੇ। ਲੋਕ ਜੋੜ ਕੇ ਸੁਣਾ ਦਿਆ ਕਰੋ ਸਟੋਰੀ ਕੋਈ ਆਈਡੀਆ ਤੁਹਾਨੂੰ ਮੈਂ ਦੇ ਦਿੰਦੀ ਹਾਂ। ਮੇਰਾ ਰਾਜਾ ਵੀ ਡੀਕ ਦੋਣਾ ਪਈ। ਚਲੋ ਮਹਾਰਾਜਾ ਰਣਧੀਰ ਸਿੰਘ, ਮਹਾਰਾਣੀ ਬਬਲੀ ਕੌਰ, ਬਲਜਿੰਦਰ ਕੌਰ, ਬਬਲੀ ਕੌਰ ਮਹਾਰਾਣੀ ਨਾਲ ਬਲਜਿੰਦਰ ਨਹੀਂ, ਮਹਾਰਾਣੀ ਬਬਲੀ ਕੌਰ, ਬਬਲੀ ਕੌਰ ਜੁੜਦਾ ਨੀ ਬਲਜਿੰਦਰ ਕੌਰ ਜੁੜੂਗਾ। ਕੀ ਹੋ ਗਿਆ ਭੂਆ ਨੇ ਜ਼ਰਾ ਲਾਤਾ? ਮੈਂ ਕਹਿੰਦਾ ਕਹਿੰਦੇ ਹੁਣ ਕਹਿੰਦੇ ਜਦੋਂ ਕਹਿੰਦੇ ਮੈਂ ਉਹ ਕਾਊਂਟਰ ਵਾਲੇ ਨੂੰ ਹੁਣੇ ਦੇ ਕੇ ਆਈ ਸਲਾਹ ਵੀ ਮੇਰੇ ਤੋਂ ਆਈਡੀਆ ਲੈ ਲਿਆ ਕਰੀ, ਹਾਂ ਮੈਨੂੰ ਆਉਂਦੇ ਹੋਏ ਇਹਨੂੰ ਥੈਂਕ ਯੂ ਕਹਿ ਰਿਹਾ ਸੀ ਕਹਿੰਦੇ। ਮੈਂ ਕਿਹਾ ਭੂਆ ਜੀ ਜਦੋਂ ਖਾਣਾ ਖਾ ਕੇ ਜਾਂਦਾ ਥੈਂਕ ਯੂ ਬੋਲਦੇ ਆ। ਭੂਆ ਨੂੰ ਐਂ ਲੱਗਿਆ ਵੀ ਕਿਤੇ ਆਈਡੀਆ ਦੇ ਕੇ ਗਈ ਤਾਂ ਥੈਂਕ ਯੂ ਬੋਲਦਾ। ਮੈਨੂੰ ਤਾਂ ਇਹੀ ਲੱਗਿਆ। ਓਏ ਬਾਈ ਡੀਜੇ ਉੱਧਰ ਜਾ, ਗਾਇਜ਼ ਉੱਧਰ ਡੀਜੇ ਲੱਗਿਆ ਹੋਇਆ, ਚੱਕ ਤਾਂ ਕਹਿੰਦਾ ਸਾਡੇ ਨੱਚਣ ਨੂੰ ਜੀ ਕਰੀ। ਓਏ ਕਿੰਨੂ ਉਹ ਚੱਲ ਬਾਬੇ ਪੰਜਾਬੀ
ਖੁਸ਼ੀ ਦੀ ਹਾਂ ਸੋਹਣੀ ਹੈ ਇਹਦੇ ਅੰਦਰ ਵੈਲਵਟ ਲੱਗੀ ਆ ਹਾਂ ਜਿਵੇਂ ਸੌਫਟ ਉਹ ਕਹਿੰਦਾ ਜਿਵੇਂ ਤੇਰੇ ਮੇਰੇ ਪੈਰ ਸੋਲ ਨੇ ਥੋੜੇ ਜਿਵੇਂ ਮਤਲਬ ਜ਼ਿਆਦਾ ਹੁਣ ਨਹੀਂ ਚੱਲਦੇ ਤੰਗੇੜ ਜੀ ਸਹੀ ਆ ਆ ਵੀ ਬਹੁਤ ਪਿਆਰੀ ਆ ਵਧੀਆ ਬਹੁਤ ਸੋਹਣੀ ਆ ਮੈਨੂੰ ਵੀ ਇੱਕ ਜਿਹੜੀ ਤੈਂ ਪਹਿਲਾਂ ਸਿਲੈਕਟ ਕਰੀ ਸੀ ਉਹ ਵਧੀਆ ਲੱਗੀ ਸੀ ਕਿ ਇਹਦੇ ਨਾਲ ਸ਼ੇਪ ਜੀ ਸੋਹਣੀ ਆ ਤੇ ਆਹ ਬਹੁਤ ਸੋਹਣਾ ਡਿਜ਼ਾਈਨ ਤੁਸੀਂ ਜਾ ਰਹੇ ਹੋ ਤੁਸੀਂ ਨਾ ਜਾਓ ਮੇਰਾ ਦਿਲ ਨਹੀਂ ਲੱਗਦਾ ਮੈਨੂੰ ਜਾਂ ਫਿਰ ਨਾਲ ਲੈ ਜਾਓ ਆ ਜਾਓ ਆ ਜਾਓ ਮਜਬੂਰੀ ਹੈ पूरा पा दूंगी कडूंगी सीरियसली ना तेरी बिना म्यूजिक तो पहला भी आवाज बहुत सोहनी सी ताही ना मैं तेरा रिकॉर्ड कराया मैं रील रूल पा लिया सीरियसली क्योंकि बिना म्यूजिक तो बहुत घट दी वधिया आवाज हुंदी तेरी बिना म्यूजिक तो भी बहुत सोहनी आवाज सी भतीजे का विआह किलो किलो दो कोई सोना जो पा ला सॉरी चलिया दस भाई नाल की करेगा दस जवाब दे अज मम्मी काबू आ गई अज असि मांजा लेके आना सी मैं मम्मी कल मन नहीं रहे सी आज फिर मैं रास्ते च गड्डी रोक ली मैं पहला सूट दवावांगे फिर लेके जावांगे नानके आ कड़ी सोनी है मम्मी दा गाना ना एवली ये कलर भी सोना ये भी सोना है ना डैडी सिंह भी आ गया ओदी घर वाली ने सूट पसंद करा आ ठीक है आहा आ वाली बढ़िया है ना मम्मा आ वाली ठीक है आ वाली फाइनल करता सारेयां दे ही आ लेडीज वैसे तो ਅਸੀਂ ਕਹੇ ਪਟਿਆਲੇ ਤੇ ਲੈਣ ਨੇ ਸੋ ਨਾਨਕੇ ਜਾਂਦੇ ਹੋਏ ਰਸਤੇ 'ਚ ਨਾਭਾ ਆਇਆ ਹੁੰਦਾ ਫਿਰ ਮੈਂ ਨਾਭੀ ਰਕਾਲੀ ਗੱਡੀ ਮੈਂ ਨਾਭੀ ਲੈ ਲਓ ਪਰ ਸੂਟ ਦਵਾਉਣਾ ਮੰਮੀ ਨੂੰ ਮੈਂ ਇਹ ਹੱਕ 'ਚ ਨਹੀਂ ਹੈਗਾ ਵੀ ਤੂੰ ਇੱਕ ਸੂਟ ਦੁਬਾਰੇ ਨਹੀਂ ਪਾ ਸਕਦੀ ਤੂੰ 100 ਵਾਰੀ ਪਾ ਕੇ ਹੋਰ ਦੇ ਵਿਆਹ 'ਚ ਬਾਰ-ਬਾਰ ਪਾ ਪਰ ਆਪਦੇ ਭਤੀਜੇ ਦੇ ਵਿਆਹ 'ਚ ਤਾਂ ਨਵਾਂ ਸੂਟ ਪਾ ਐਟਲੀਸਟ ਤਨੇ ਭਾਬੀ ਨਹੀਂ ਕਹਿੰਦੇ ਕਹਿੰਦੇ ਆਹ ਵਾਲੇ ਲਓ ਨਾਲੇ ਅਗਲੇ ਦੇ ਕੰਮ ਆਜੂ ਕੰਮ ਆਊ ਕਰੇ ਹਨਾ ਇੰਡੀਆ 'ਚ ਤਾਂ ਚੀਜ਼ਾਂ ਦੇਖਦੇ ਨੇ ਭਾਈ ਅੱਗੇ ਵੀ ਕੰਮ ਆਊ लिफाफा पवा लो सीधा ड्राई फ्रूट ना पवा हां एदा पैकिंग रेडी हो गई आ वाला सोना लगता कि नहीं भाभी मैचिंग बिच ही पै जी तेरे हुण असी पौनी ने चॉकलेट से मांजा हो गया रेडी बढ़िया बन गया
ਲੈ ਵੀ ਡੈਡੀ ਬਣ ਗਈ ਤੇਰੀ ਸਹੁਰਿਆਂ ਚ ਟੌਹਰ ਬਣਾਤੀ ਦੇਖ ਲਾ ਹਾਂ ਤੇਰੇ ਸਹੁਰਿਆਂ ਦਾ ਪਿੰਡ ਵੇ ਸਤਿ ਸ੍ਰੀ ਅਕਾਲ ਵਾਸੀ ਨੂੰ ਡੀ ਕੇ ਦਵਾਈ ਉਹ ਆ ਗਈ ਤੇਰੀ ਭੈਣ ਓਏ ਪੁੱਤੂ ਹਾਂਜੀ ਮੁਰੇ ਮੁਰੇ ਜਾਂਦੀ ਹੈ ਪਿੱਛੇ ਫੌਜ ਲਾ ਰੱਖੀ ਹੈ मम्मी आने का रोटी कनी हो गई चाह पानी तो पी ला मम्मी का कम तो बड़ा रहना बस भी छेती कम ते लवा दो लगन गए जिन्ना मर्जी जोर ला लो करके हटन गए ऐ नहीं आंदे मामी हमेशा दो कप ही बना के रख दे चाह दे किदी किदी अचकन चाहिदी हां अचकन मामा जी पाओगे अचकन पाले कुछ नहीं हुंदा पाले हो हाँ देख आ मम्मी ने भी कहता मम्मी ते मामा जी दो ही जिद्दी ने मानते नहीं मम्मी दो घंटे पाले मम्मी तू तुसी मनाया मामा जी नू